बिस्मिल्लाह रहमान रहीम। शुरू अल्लाह के नाम से जो बड़ा मेहरबान और नहायत रहम करने वाला है। आल पाकिस्तान, आल वर्ल्ड, सारे शिकारी भाइयों अस्सलाम अलैकुम। बेलियो सज्जनों, बहुत अच्छा प्रोग्राम लेके आया जनाब अली। आल पाकिस्तान पाक नेशनल पोटोआर फ्रेंड ग्रुप, सदर राजा अमजद जरजाना भाई, रईस आजम गडारी, हाल मुकीम यूके, उस ग्रुप दे सोने वीर मोहतरम सीनियर सदर राजा मजर भाई, रईस आजम पिंड छोच खतरास, तहसील सेना, ज़िला कोटली, आज़ाद कश्मीर, हाल मुकीम यूके, राजा आकाश, रईस आजम छोच खतरास, राजा इब्रार भाई सुहावा, चौधरी अशरफ, रईस आजम सुहावा, चौधरी दानश अमीन जोराबाद। इना बेलियां दा बहुत अच्छा शौक शिकार, बहुत अच्छा जानवर, क्या बात है। कुत्ते दा कद 31 इंच, उम्र 3.5 साल, ते कुत्ते दा नां धमाका, रंग रत्ता आ गया राजियां आला धमाका। पाक नेशनल पोटोआर फ्रेंड ग्रुप दा जाती कुत्ता राजियां आला धमाका जी। और राजा मजर भाई जान सीनियर सदर, वेलकम। बेलियो एक गल करनी सी, जदों असी कोई जानवर नू तैयार कर लैने ना, तो फिर असी अगला किसी बेली दा कुत्ता लभना शुरू कर दिने तपनी वास्ते। इस बेली दा राजे मजर भाई दा, राजा आकाश भाई दा रिकॉर्ड है। इन्हां ने कदी किसे तो कुत्ता नहीं मंगया कि जी असी कुत्ता तपाना, दो मूँह देखने है ना। अपने जाती कुत्ते बहुत चंगे, बड़ी अच्छी ब्लड लैन दे, बड़िया अच्छिया सेहतां वाले, बाडियां वाले, 32 इंच, 31.5 इंच, अपने जाती कुत्ते जिन्हां ना ये तपा तपा के कुत्ते तैयार कर दे। मज़ा आ गया बेलियो। इत्थे मैं देखे यार बेली यार तपनी वास्ते को कुत्ता ही नहीं लभदा। इन्हां ने ये प्रोग्राम अपना जाती शौक शिकार बड़ा वसी कि अपनिया चंगिया ना तपाओ, तो फिर ही पता लगता है कि जानवर अगे जाके की करेगा। बहुत अच्छा कुत्ता धमाका, बहुत अच्छी ब्लड लैन का मालिक। लो जी, पहले इहदियां तपनियां दसांगा, फिर ये गांडी जोड़ बामुकाबला पाक लाजवाब फ्रेंड ग्रुप, राणा इफ्तखार हुसैन पटवारी, रईस आजम शेखुपुरा, उन्हां दे ग्रुप दे एक बहुत अच्छे भाई दे
ਜਾਨਵਰ ਨਾ ਗਾਂਢੀ। 7 ਜਨਵਰੀ ਬਹੁਤ ਬੜਾ ਵਰਲਡ ਕੱਪ ਮੈਚ, 7 ਜਨਵਰੀ 2024 ਆਉਣ ਵਾਲੇ ਸੀਜ਼ਨ 'ਚ ਗਾਂਢੀ ਹੋ ਕੇ ਲੜਨ ਵਾਸਤੇ ਤਿਆਰ, ਕੁੱਤਾ ਧਮਾਕਾ। ਬਿੱਲੀਓ ਪਹਿਲੇ ਮੇ ਦੀਆਂ ਤੁਹਾਨੂੰ ਤਪਣੀਆਂ ਦੱਸਾਂਗਾ। ਰਾਜਾ ਮਜ਼ਹਰ ਭਾਈ ਦਾ ਜ਼ਾਤੀ ਕੁੱਤਾ 32 ਇੰਚ, ਜਨਾਬੇ ਅਲੀ ਬਹੁਤ ਅੱਛੀ ਤਪਣੀ, ਜਿਹੜਾ 32 ਇੰਚ ਇੱਕ ਮੈਚ ਵਿਨਰ ਹੈ ਮੰਡੀ ਬਹਾਉਦੀਨ, ਉਹਦੇ ਨਾਲ ਧਮਾਕਾ ਤਪਾਇਆ ਅਤੇ ਮਜ਼ਾ ਆ ਗਿਆ। ਬਿੱਲੀਓ ਇਸੇ ਤਰ੍ਹਾਂ ਹੀ ਜਾਨਵਰ ਚੈੱਕ ਕੀਤੇ ਜਾਂਦੇ, ਇਸੇ ਤਰ੍ਹਾਂ ਹੀ ਪਾਸ ਕੀਤੇ ਜਾਂਦੇ ਹੈ, ਕਿਸੇ ਦੀ ਹੀਲ ਉੱਜਤ ਹੀ ਨਹੀਂ। ਕਿਸੇ ਜਾਨਵਰ ਨਾਲ, ਕਿਸੇ ਹੋਰ ਦੇ ਜਾਨਵਰ ਨਾਲ ਤਪਾਉਣ ਲੈ ਜਾਓ, ਜੇ ਤੁਹਾਡਾ ਮਾਰਨ ਲੱਗ ਪਵੇ ਤਾਂ ਉਹ ਕਹਿੰਦਾ ਫੜ ਲਓ ਜੀ, ਜੇ ਉਹਦਾ ਮਾਲਕ ਉਸਦਾ ਮਾਰਨ ਲੱਗ ਪਵੇ ਉਹ ਫਿਰ ਫੜਨ ਹੀ ਨਹੀਂ ਦਿੰਦਾ। ਇੱਕ ਨਵਾਂ ਤਮਾਸ਼ਾ, ਇੱਕ ਨਵਾਂ ਲੜਾਈ ਦਾ ਘਰ ਬਣ ਜਾਂਦਾ, ਇੱਥੇ ਉਹ ਰੌਲਾ ਹੀ ਨਹੀਂ। ਰਾਜਾ ਆਕਾਸ਼ ਭਾਈ, ਰਾਜਾ ਇਬਰਾਰ ਭਾਈ, ਚੌਧਰੀ ਅਸ਼ਰਫ, ਦਾਨਿਸ਼ ਅਮੀਨ ਭਾਈ ਜੀਓ, ਹਜ਼ਾਰਾਂ ਸਾਲ, ਮਜ਼ਾ ਆ ਗਿਆ। ਇੱਕ ਮੈਚ ਜਿੱਤਿਆ ਹੋਇਆ ਮੰਡੀ ਬਹਾਉਦੀਨ, 32 ਇੰਚ ਜ਼ਾਤੀ ਕੁੱਤਾ, ਉਹਦੇ ਨਾਲ ਬਹੁਤ ਚੰਗੀ ਤਪਣੀ ਕਰਾਈ। ਦੂਸਰੀ ਤਪਣੀ ਫਿਰ ਆਪਣਾ ਜ਼ਾਤੀ ਕੁੱਤਾ, 31.5 ਇੰਚ ਪਾਕ ਪਾਵਰ ਗਰੁੱਪ ਦੀ ਤਰਫੋਂ ਮੈਚ ਲੜ ਕੇ ਜਿੱਤਿਆ ਸੀ। ਰਾਜਾ ਅਨਵਾਰ ਭਾਈ ਵਾਲੇ ਮੈਚ ਇਹ ਕੁੱਤਾ ਲੜਿਆ ਸੀ, ਕੁੱਤੇ ਦੀ ਹਾਈਟ 31 ਇੰਚ, ਇਹ ਵੀ ਧਮਾਕੇ ਨਾਲ ਇਹਨਾਂ ਨੇ ਤਪਾਇਆ। ਜ਼ਾਤੀ ਕੁੱਤਾ ਧਮਾਕਾ, ਜ਼ਾਤੀ ਕੁੱਤਾ 31.5 ਇੰਚ, ਰਾਜਾ ਅਨਵਾਰ ਸਾਹਿਬ ਵਾਲੇ ਮੈਚ ਲੜਿਆ ਹੋਇਆ, ਇੱਕ ਮੈਚ ਜਿੱਤਿਆ ਹੋਇਆ, ਉਹਦੇ ਨਾਲ ਤਪਾਇਆ ਜੀ 10 ਮਿੰਟ। ਤਸੱਲੀਆਂ, ਜਿਹੜੇ ਬੇਲੀ ਆਪਣੇ ਕੁੱਤਿਆਂ ਨੂੰ ਜ਼ਾਤੀਆਂ ਨੂੰ ਘਰੇ ਹੀ ਤਪਾ ਕੇ ਤਸੱਲੀ ਕਰ ਲੈਂਦੇ, ਉਹਨਾਂ ਨੂੰ ਟੈਨਸ਼ਨ ਕੋਈ ਨਹੀਂ ਹੁੰਦੀ, ਫਿਰ ਪਤਾ ਹੁੰਦਾ ਘਰ ਦਾ ਕੁੱਤਾ ਪੱਕਾ ਹੈ, ਇਹਨੇ ਮੂੰਹ ਪੱਕੇ ਰੱਖਣੇ, ਇਹਨੇ ਘੋਰਨਾ ਨਹੀਂ, ਇਹਨੇ ਮੁੱਖ ਨਹੀਂ ਮੋੜਨਾ, ਇਹਨੇ ਚਿਘਣਾ ਨਹੀਂ, ਇਹਨੇ ਪਾਸਾ ਨਹੀਂ ਮੋੜਨਾ। ਇਹ ਸਾਰੀਆਂ ਚੀਜ਼ਾਂ, ਇਹ ਕੁਆਲਿਟੀਜ਼ ਜਾਨਵਰ 'ਚ ਹੋਵੇ, ਜਿਹੜਾ ਪੱਕਾ ਤਪੇ ਉਹਦੇ ਨਾਲ ਤਪਾਓ, ਮਜ਼ਾ ਹੀ ਫਿਰ ਆਉਂਦਾ ਜਨਾਬ। ਉਹ ਕਹਿੰਦੇ ਨਾ ਚਾਸਾ ਸੀ ਅੱਗੇ ਨਾਲੋਂ ਵਾਧਾ ਸੀ। ਇਨਸ਼ਾਲਾ 7 ਜਨਵਰੀ ਨੂੰ ਮਜ਼ੇ ਅਤੇ ਮਾਈਆ ਹੋਣੇ ਆਉਣਗੇ, ਜਦੋਂ ਧਮਾਕਾ ਲੜੇਗਾ ਗਾਂਢੀ ਹੋ ਕੇ। ਜਨਾਬੇ ਅਲੀ, ਤੀਸਰੀ ਤਪਣੀ, ਜ਼ਾਤੀ ਇੱਕ ਮੈਚ ਜਿੱਤਿਆ ਕੁੱਤਾ, ਜਿਹੜਾ ਰਾਜਾ ਖਾਲਦ ਸਾਹਿਬ ਆਫ ਟਕਾਲ ਉਹਨਾਂ ਦੇ ਕੁੱਤੇ ਨਾਲ ਲੜਿਆ ਸੀ, ਉਹਦੇ ਨਾਲ ਵੀ ਬਹੁਤ ਅੱਛੀ ਤਪਣੀ, 3 ਤਪਣੀਆਂ ਤੁੰਨ ਕੇ। ਜਨਾਬੇ ਅਲੀ, ਜ਼ਾਤੀ ਕੁੱਤਾ ਜਿਹੜਾ ਰਾਜਾ ਖਾਲਦ ਸਾਹਿਬ ਆਫ ਟਕਾਲ ਵਾਲੇ ਉਹਨਾਂ ਦੇ ਕੁੱਤੇ ਨਾਲ ਤੀਸਰੀ ਤਪਣੀ ਤਪਿਆ ਬਹੁਤ ਅੱਛੀ, ਅਤੇ ਫਿਰ ਤਸੱਲੀ ਹੋ ਗਈ ਇਹ ਕੁੱਤਾ ਬਹੁਤ ਚੰਗਾ ਲੜੇਗਾ। ਬੇਲੀਓ ਬਾ ਮੁਕਾਬਲਾ, 7 ਜਨਵਰੀ ਰਾਜਾ ਮਜ਼ਹਰ ਭਾਈ ਸੀਨੀਅਰ ਸਦਰ ਨੈਸ਼ਨਲ ਪਟਵਾਰ ਫਰੈਂਡ ਗਰੁੱਪ, ਇਹਨਾਂ ਦਾ ਜ਼ਾਤੀ ਕੁੱਤਾ ਧਮਾਕਾ,
ਗਾਂਧੀ ਹੋ ਕੇ ਲੜ ਰਿਹਾ 7 ਜਨਵਰੀ ਨੂੰ ਬਾ ਮੁਕਾਬਲਾ ਪਾਕ ਲਾਜਵਾਬ ਫਰੈਂਡ ਗਰੁੱਪ ਸਦਰ ਰਾਣਾ ਇਫਤਖਾਰ ਖਾਨ ਪਟਵਾਰੀ ਰਈਸ ਆਜ਼ਮ ਸ਼ੇਖੂਪੁਰਾ ਉਹਨਾਂ ਦੇ ਗਰੁੱਪ ਦੇ ਬਹੁਤ ਅੱਛੇ ਖਿਲਾੜੀ ਔਰ ਸ਼ਿਕਾਰੀ ਜਿਸ ਕੁੱਤੇ ਨਾਲ ਧਮਾਕਾ ਗਾਂਧੀ ਹੋ ਕੇ ਲੜ ਰਿਹਾ ਉਸ ਕੁੱਤੇ ਦੇ ਮਾਲਕ ਚੌਧਰੀ ਸ਼ਫਕਤ ਸੰਧੂ ਚੌਧਰੀ ਹਨੀਫ ਵੜੈਚ ਲੋਬੇਲੀਓ ਉਹਨਾਂ ਵਾਲੇ ਕੁੱਤੇ ਨਾਲ ਗਾਂਧੀ ਹੋ ਕੇ ਲੜ ਰਿਹਾ ਧਮਾਕਾ ਰਾਜਾ ਮਜ਼ਹਰ ਵਾਲਾ ਤਹਿਸੀਲ ਸੈਨਾ ਜ਼ਿਲ੍ਹਾ ਕੋਟਲੀ ਆਜ਼ਾਦ ਕਸ਼ਮੀਰ ਬੇਲੀਓ ਜਦੋਂ ਗਾਂਧੀ ਕੁੱਤੇ ਕਰਨੇ ਪੈਂਦੇ ਤਾਂ ਬੜੇ ਦਿਲ ਕਰਨੇ ਪੈਂਦੇ ਅਤੇ ਨਾ ਫਿਰ ਹੀ ਬਣਦੇ ਜਦੋਂ ਰਿਸਕ ਲਵਾਂਗੇ ਕੁੱਤਾ ਗਾਂਢੀ ਕਰਕੇ ਲੜਾਵਾਂਗੇ ਫਿਰ ਹੀ ਨਾ ਬਣੇਗਾ ਇਹ ਜਿਹੜੇ ਬੇਲੀ ਮੇਰੇ ਭਰਾ ਉਹ ਵੀ ਬੜੇ ਕਾਬਲ ਇਹਤਰਾਮ ਆ ਜਿਹੜੇ ਮਾੜਾ ਜਿਹਾ ਦੇਖ ਕੇ ਲੜਾ ਕੇ ਅਤੇ ਝੁੰਬਰਾਂ ਮਾਰ ਕੇ ਆਓ ਗਏ ਉਹ ਵੀ ਠੀਕ ਹੈ ਜਿੱਤ ਹੋਣੀ ਚਾਹੀਦੀ ਹੈ ਚੰਗਾ ਹੋਵੇ ਜਾਂ ਮਾੜਾ ਹੋਵੇ ਜਿਹੜਾ ਗਰਾਊਂਡ 'ਚ ਲਿਆਂਦਾ ਉਹ ਚੰਗਾ ਹੀ ਲਿਆਂਦਾ ਹੈ ਅਤੇ ਬੇਲੀ ਉਹ ਮਜ਼ਾ ਆਉਂਦਾ ਗਾਂਢੀ ਗਾਂਢੀ ਜੋੜਦਾ ਸੱਜਣੋ ਤਾਂ ਬੇਲੀਓ ਕੁੱਤੇ ਲੜਸਣ ਤੁੰਨ ਤੁੰਨ ਕੇ ਚਾ ਸਾਸੀ ਅੱਗੇ ਨਾਲੋਂ ਵੱਧ ਆਸੀ ਆਓ ਵੀਡੀਓ ਦੇਖੋ ਧਮਾਕੇ ਦੀ ਆ ਕੇ ਦੱਸਾਂਗਾ ਬਲੱਡ ਲੈਨ ਜੀ ਓ ਰਾਜਾ ਅਮਜਦ ਜ਼ਰਜਾਨਾ ਆਫ ਗਡਾਰੀ ਤੇਰੇ ਗਰੁੱਪ ਦੀਆਂ ਧੁੰਮਾਂ ਤੇਰੇ ਗਰੁੱਪ ਦੇ ਰੌਲੇ ਜਨਾਬੇ ਅਲੀ ਬਲੱਡ ਲੈਨ ਧਮਾਕੇ ਦੀ ਸੱਜਣੋ ਤਬੇਲੀਓ ਚੌਧਰੀ ਆਸਮ ਗੁੱਜਰ ਰਈਸ ਆਜ਼ਮ ਕਲਰ ਸਜਦਾਂ ਉਹ ਇੱਕ ਕੁੱਤਾ ਲੈ ਕੇ ਆਏ ਸੀ ਬੜੀ ਦੂਰੋਂ ਜਨਾਬ ਮੇਜਰ ਖਾਦਮ ਸਾਹਿਬ ਵਾਲੇ ਕੁੱਤਿਆਂ 'ਚੋਂ ਉਸ ਕੁੱਤੇ ਦਾ ਨਾਂ ਸੀ ਬਲੈਕੀ ਉਹਨਾਂ ਨੇ ਦਿੱਤਾ ਮਰਹੂਮ ਰਾਜਾ ਸਲੀਮ ਭਾਈ ਨੂੰ ਅੱਲਾ ਜੰਨਤ ਚਾਲਾ ਮੁਕਾਮ ਅਤਾ ਫਰਮਾਏ ਰਾਜਾ
ਸਲੀਮ ਮਰਹੂਮ, ਇਲਾਕਾ ਕਲਰ ਸੈਦਾਂ, ਉਹਨਾਂ ਦੇ ਕੋਲ ਇਹਨੇ ਲੜਾਈ ਵਾਲੇ ਝੰਡੇ ਗੱਡ ਛੱਡੇ ਜੀ ਕੁੱਤੇ ਨੇ। ਉਸ ਦਾ ਨਾਂ ਸੀ ਬਲੈਕੀ। ਕਿਆ ਬਾਤ ਹੈ, ਇਹ ਬਲੈਕੀ ਕੁੱਤੇ ਦਾ ਬੱਚਾ ਜੀ, ਧਮਾਕਾ। ਜਨਾਬ ਸਰਦਾਰ ਮੇਜਰ ਖਾਦਮ ਡੋਗਰ, ਉਹਦੇ ਕੁੱਤਿਆਂ ਦੀ ਬਲੱਡ ਲਾਈਨ ਬਹੁਤ ਚੰਗੀ। ਕਿਆ ਬਾਤ ਹੈ, ਧਮਾਕਾ ਬਲੈਕੀ ਦਾ ਬੱਚਾ ਜੀ, ਮਾਸਾਈਟ। ਕਿਆ ਬਾਤ ਹੈ, ਕਿਆ ਬਾਤ ਹੈ। ਹਾਫਜ਼ਾਬਾਦ ਵਾਲਾ ਮਲਿਕ ਸ਼ਫਕਤ ਆਵਾਨ, ਉਹਨਾਂ ਦਾ ਕੁੱਤਾ ਸਲੇਟਾ, ਸਲੇਟੇ ਦਾ ਬੱਚਾ, ਫਿਰ ਉਹਦਾ ਅੱਗੇ ਬੱਚਾ, ਉਹਦੀ ਧੀ ਦਾ ਬੱਚਾ ਧਮਾਕਾ। ਮਾਂ ਸਾਈਡ ਬਲੱਡ ਲਾਈਨ, ਹਾਫਜ਼ਾਬਾਦ ਵਾਲਾ ਸਲੇਟਾ, ਉਸਦੇ ਮਾਲਕ ਮਲਿਕ ਸ਼ਫਕਤ ਆਵਾਨ, ਉਸਦੇ ਮਾਲਕ ਬੇਲੀ ਮਾਲਕ ਮਰਹੂਮ ਨਵਾਬ ਅਮਾਨੁੱਲਾ ਸਿਆਲ, ਮਰਹੂਮ ਰਈਸ ਆਜ਼ਮ ਜੰਗ। ਹਾਫਜ਼ਾਬਾਦ ਵਾਲੇ ਸਲੇਟੇ ਦੀ ਬਲੱਡ ਲਾਈਨ ਦੀ ਕੁੱਤੀ ਦਾ ਬੱਚਾ ਧਮਾਕਾ। ਮੇਰੇ ਬੇਲੀਆਂ ਨੂੰ ਅੱਜ ਦੀ ਵੀਡੀਓ ਪਸੰਦ ਆਏਗੀ। ਕਿਆ ਬਾਤ ਹੈ, ਆ ਗਿਆ ਕੁੱਤਾ ਧਮਾਕਾ ਜੀਓ। ਪਾਕ ਨੈਸ਼ਨਲ ਪਟਵਾਰ ਫਰੈਂਡ ਗਰੁੱਪ, ਰਾਜਾ ਅਮਜਦ ਜ਼ਰਜਾਨਾ ਗਡਾਰੀ, ਚੌਧਰੀ ਤਨਵੀਰ ਕਲਰ ਸੈਦਾਂ, ਮੋਹਤਰਮ ਰਾਜਾ ਮਜ਼ਰ, ਸੀਨੀਅਰ ਸਦਰ, ਪਿੰਡ ਛੋਚ ਕਤਰਾਸ, ਤਹਿਸੀਲ ਸੈਣਾ, ਜ਼ਿਲ੍ਹਾ ਕੋਟਲੀ, ਆਜ਼ਾਦ ਕਸ਼ਮੀਰ, ਵੈਲਕਮ, ਬੈਸਟ ਆਫ ਲੱਕ। ਮੇਰੇ ਬੇਲੀਓ, ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਦਿਓ, ਬੈਲ ਆਈਕਨ ਦਬਾ ਦਿਓ, ਡੇਲੀ ਨਿਆ ਪ੍ਰੋਗਰਾਮ ਮਿਲੇਗਾ ਦੇਖਣ ਨੂੰ। ਪਾਕਿਸਤਾਨ ਜਿੰਦਾਬਾਦ।